ਖੈਰ ਜੇ ਦੇਖਿਆ ਜਾਵੇ ਜਿਸ ਤਰ੍ਹਾਂ ਦੇ ਨਾਲ ਅੱਜ ਬ੍ਰੌਂਜ਼ ਮੈਡਲ ਵਾਸਤੇ ਜਿਹੜਾ ਮਹਿਲਾ ਹਾਕੀ ਟੀਮ ਲਗਾਤਾਰ ਭਿੜ ਰਹੀ ਸੀਗੀ ਪਰ ਹੌਸਲੇ ਜੇ ਦੇਖਿਆ ਜਾਵੇ ਜਿਸ ਤਰ੍ਹਾਂ ਦੇ ਨਾਲ ਪੂਰੀ ਕੋਸ਼ਿਸ਼ਾਂ ਕੀਤੀਆਂ ਪਰ ਮੈਚ ਆ ਜਿਹੜਾ ਨਹੀਂ ਜਿਤਵਾਈਆਂ ਹਾਲਾਂਕਿ ਅਸੀਂ ਮੋਨਿਕਾ ਦੇ ਘਰੇ ਖੜੇ ਹਾਂਗੇ ਤੁਸੀਂ ਦੇਖ ਲਓ ਪਹਿਲਾਂ ਵੀ ਰੀਓ ਦੇ ਵਿੱਚ ਵੀ ਉਹਨੇ ਪਾਰਟੀਸਪੇਟ ਕੀਤਾ ਸੀਗਾ ਅਤੇ ਕਈ ਜਿਹੜੇ ਨੇ ਕਿ ਉਪਲਬਧੀਆਂ ਉਹਦੇ ਨਾਂ ਪਹਿਲਾਂ ਬੋਲਦੀਆਂ ਨੇਗੀਆਂ ਪਰ ਕਿਹਾ ਜਾ ਸਕਦਾ ਕਿ ਕੁੜੀਆਂ ਦੇ ਵੱਡੇ ਹੌਸਲੇ ਅਤੇ ਮਿਹਨਤ ਦੇ ਨਾਲ ਵੀ ਜੇ ਦੇਖਿਆ ਜਾਵੇ ਮੈਚ ਜਿਹੜਾ ਕਿ ਨਹੀਂ ਜਿੱਤ ਪਾਏ ਹੈਗੇ ਪਰ ਫਿਰ ਵੀ ਕਿਤੇ ਨਾ ਕਿਤੇ ਕਿਹਾ ਜਾ ਸਕਦਾ ਕਿ ਜਿਸ ਤਰ੍ਹਾਂ ਦੀ ਹਿੰਮਤ ਦਿਖਾਈ ਤਾਂ ਵਾਰ ਵਾਰ ਗੱਲ ਉਹੀ ਯਾਦ ਆਉਂਦੀ ਹੈ ਕਿ ਜਿਹੜੇ ਕਹੀਏ ਕਿ ਸਾਡੇ ਖਿਡਾਰੀ ਇਹ ਗੱਲ ਕਹਿੰਦੇ ਸੀਗੇ ਕਿ ਹੌਸਲਾ ਆਪਣੇ ਆਪ ਦੇ ਵਿੱਚ ਵੱਡਾ ਸੀ ਅਤੇ ਜਿਸ ਤਰ੍ਹਾਂ ਦੇ ਨਾਲ ਪਹੁੰਚੇ ਸੈਮੀਫਾਈਨਲ ਦੇ ਵਿੱਚ ਉਹੀ ਕਿਤੇ ਨਾ ਕਿਤੇ ਉਹਨਾਂ ਨੇ ਗੁੜ ਦੇ ਤੌਰ 'ਤੇ ਦੇਖਿਆ ਘਰੇ ਮੌਜੂਦ ਆ ਮੋਨਿਕਾ ਦੇ ਹਾਲਾਂਕਿ ਉਹਨਾਂ ਦੇ ਪਿਤਾ ਅਤੇ ਬ੍ਰਦਰ ਨੇ ਜਿਹੜੇ ਉਹ ਮੈਚ ਨਹੀਂ ਦੇਖ ਪਾ ਰਹੇ ਸੀ ਫੋਨ 'ਤੇ ਗੱਲਬਾਤ ਕਰ ਰਹੇ ਨੇ ਅਤੇ ਕਿਉਂਕਿ ਉਹ ਚੰਡੀਗੜ੍ਹ ਪੁਲਿਸ ਦੇ ਵਿੱਚ SI ਨੇ ਤਾਂ ਉਹ ਦੇਖਿਆ ਜਾਵੇ ਲਗਾਤਾਰ ਮੈਚ ਨਹੀਂ ਸੀਗੇ ਦੇਖ ਰਹੇ ਕਿਉਂਕਿ ਇੱਕ ਪ੍ਰੈਸ਼ਰ ਬਿਲਡ ਹੋ ਜਾਂਦਾ ਹੈ ਸਮਝਿਆ ਜਾ ਸਕਦਾ ਕਿ ਜਦੋਂ ਸੈਮੀਫਾਈਨਲ ਹੈ ਉਹਨਾਂ ਦੇ ਬ੍ਰਦਰ ਨੇ ਉਹਨਾਂ ਨਾਲ ਗੱਲ ਕਰ ਲੈਣੇ ਫਿਲਹਾਲ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਹੌਸਲਾ ਕੁੜੀਆਂ ਦਿਖਾਇਆ ਮਤਲਬ ਦੇਖੀ ਜਾਵੇ ਮਿਹਨਤ ਪੂਰੀ ਕੀਤੀ ਹੌਸਲਾ ਪੂਰਾ ਦਿਖਾਇਆ ਕੁੜੀਆਂ ਨੇ ਮੈਚ ਨਹੀਂ ਜਿੱਤ ਪਾਈਆਂ ਪਰ ਸਰ ਪੂਰੀ ਫਾਈਟ ਦਿਖਾਈ ਹੈ ਲੜਕੀਆਂ ਨੇ ਹਾਰ ਜੀਤ ਤੋਂ ਚੱਲ ਖੇਲ ਕਾ ਇੱਕ ਪਾਰਟ ਹੈ ਹਾਰ ਜੀਤ ਲੇਕਿਨ ਜੋ ਅਸਲੀ ਜੀਤ ਹੋਈ ਹੈ ਉਹ ਹਾਕੀ ਕੀ ਹੋਈ ਹੈ ਹਾਕੀ ਕੋ ਦੁਬਾਰਾ ਇਹਨਾਂ ਨੇ ਜ਼ਿੰਦਾ ਕੀਆ ਹੈ ਟੀਮ ਨੇ ਤੋ ਹਮ ਅਭੀ ਵੀ ਆਪਣੀ ਟੀਮ ਕੇ ਸਾਥ ਖੜੇ ਹੈ ਸਰ ਸਮਝਦੇ ਹੋ ਹੌਲੀ ਹੌਲੀ ਲੋਕਾਂ 'ਚ ਵੀ ਕਿਤੇ ਨਾ ਕਿਤੇ ਇੰਟਰਸਟ ਵਧਿਆ ਕਿੱਥੇ ਕ੍ਰਿਕਟ ਦੇਖਦੇ ਸੀਗੇ ਪਰ ਲੋਕ ਦੁਬਾਰੇ ਹਾਕੀ ਕੰਨੀ ਨੂੰ ਆਏ ਅੱਜ ਹਰ ਕਿਸੇ ਦੀ ਉਮੀਦਾਂ ਸੀਗੀਆਂ ਚਲੋ ਨਹੀਂ ਹੋਈਆਂ ਪੂਰੀਆਂ ਪਰ ਕਿਹਾ ਜਾ ਸਕਦਾ ਕਿ ਅੱਗੇ ਕੁੜੀਆਂ 'ਚ ਵੀ ਹੌਸਲਾ ਵਧਿਆ ਵੀ ਹੋਰ ਵੀ ਕੁੜੀਆਂ ਆਉਣਗੀਆਂ ਇਸ ਦੇ ਵਿੱਚ ਸਰ ਇਹ ਖਿਲਾੜੀ ਦਾ ਮੋਟੀਵੇਟ ਹੈ ਕਿ ਮੈਚ ਮੈਂ ਆਪਣਾ 100% ਦੇ ਬਾਕੀ ਰਿਜ਼ਲਟ ਜੋ ਹੋਤਾ ਹੈ ਉਹ ਤੋਂ ਹਾਰ ਜੀਤ ਖੇਲ ਕਾ ਇੱਕ ਪਾਰਟ ਹੈ ਹੋਏਗੀ ਲੇਕਿਨ ਅਬ ਇਹਨੋਨੇ ਜੋ ਛਾਪ ਛੋੜੀ ਹੈ ਇੰਡੀਅਨ ਹਾਕੀ ਕੇ ਲੀਏ ਤੋ ਇਸਕੋ ਦੇਖ ਕੇ ਅਬ ਨਏ ਖਿਲਾੜੀ ਵੀ ਹਾਕੀ ਕੇ ਪ੍ਰਤੀ ਜਾਗਰੂਕ ਹੋਏਗੇ ਔਰ ਆਪਣਾ ਪ੍ਰੇਮ ਹਾਕੀ ਕੇ ਪ੍ਰਤੀ ਅਬ ਲੋਗੋ ਕਾ ਬੜੇਗਾ ਤੁਹਾਡੀ ਕਿਸ ਤਰ੍ਹਾਂ ਦਾ ਸੀ ਐਕਸਪ੍ਰੈਸ਼ਨ ਸੀਗੇ ਮੋਨਿਕਾ ਮੇਰੀ ਬਾਤ ਹੋਈ ਸੀ ਸਰ ਉਹ ਕਹਿ ਰਹੀ ਸੀ ਮੈਂ ਆਪਣਾ 100% ਦੂੰਗੀ ਮੈਚ ਕੇ ਲੀਏ ਇਹ ਮੌਕਾ ਇਨਕੋ ਫਸਟ ਟਾਈਮ ਮਿਲਾ ਹੈ ਇੰਡੀਅਨ ਵੂਮੈਨ ਹਾਕੀ ਟੀਮ ਕੋ ਤੋ ਕੌਨਫੀਡੈਂਟ ਥੀ ਪਿਛਲੀ ਹਾਰ ਹੋਈ ਥੀ ਅਰਜਨਟਾਈਨਾ ਸੇ ਸੈਮੀਫਾਈਨਲ ਮੈਂ ਉਸੇ ਨਿਰਾਸ਼ ਤੋ ਥੀ ਮੈਨੇ ਕਹਾ ਚਲੋ ਅਗਲੇ ਮੈਚ ਪੇ ਫੋਕਸ ਕਰੋ ਤੋ ਰਿਜ਼ਲਟ ਜੋ ਮਰਜ਼ੀ ਰਹੋ ਲੇਕਿਨ ਅਸਲੀ ਜੀਤ ਤੋ ਹਾਕੀ ਕੀ ਹੋਗੀ ਸਰ ਬਿਲਕੁਲ ਜਿਹੜਾ ਪਿਆਰ ਅਤੇ ਉਤਸ਼ਾਹ ਜਿਹੜਾ ਬਣਾਉਣ ਦੇ ਵਿੱਚ ਕਾਮਯਾਬ ਹੋਏ ਉਹ ਕਿਹਾ ਜਾ ਸਕਦਾ ਅਤੇ ਉਹਨਾਂ ਦੇ ਅਤੇ ਤੁਸੀਂ ਦੇਖ ਲਓ ਉਹਨਾਂ ਦੇ ਘਰੇ ਖੜੇ ਹੈਗੇ ਅਤੇ ਪੂਰਾ ਮੀਡੀਆ ਜਿਹੜਾ ਕਵਰ ਕਰਨ ਵਾਸਤੇ ਪਹੁੰਚਿਆ ਅਤੇ ਕਿਹਾ ਜਾ ਸਕਦਾ ਕਿ ਕੁੜੀਆਂ ਦੇ ਵਾਸਤੇ ਇੱਕ ਬੜਾ ਵੱਡਾ ਉਸ਼ਾ ਪੈ ਕੇ ਕਿ ਜਿਵੇਂ ਆਮ ਤੌਰ 'ਤੇ ਦੇਖਿਆ ਜਾਂਦਾ ਹੈ ਜੇ ਮੋਨਿਕਾ ਦੀ ਥੋੜ੍ਹੀ ਜਿਹੀ ਬੈਕਗ੍ਰਾਊਂਡ 'ਤੇ ਜਾਈਏ ਤਾਂ ਹਾਲਾਂਕਿ ਉਹਨਾਂ ਦੇ ਪਿਤਾ ਜਿਹੜੇ ਤਕਦੀਰ ਸਿੰਘ ਚੰਡੀਗੜ੍ਹ ਪੁਲਿਸ ਨੇ ਉਹ ਜਾਣਾ ਚਾਹੁੰਦੇ ਸੀ ਲਿਜਾਣਾ ਚਾਹੁੰਦੇ ਸੀਗੇ ਕਿ ਉਹ ਕੁਸ਼ਤੀ ਦੇ ਵਿੱਚ ਜਾਵੇ ਅੱਗੇ ਪਰ ਕਿਉਂਕਿ ਮੋਨਿਕਾ ਨੇ ਰਾਹ ਚੁਣਿਆ ਤਾਂ ਉਹਦੇ ਵਿੱਚ ਵੀ ਉਹਨਾਂ ਨੇ ਪੂਰੀ ਸਪੋਰਟ ਕਰੀ ਕਿਹਾ ਜਾ ਸਕਦਾ ਕਿ ਪਰਿਵਾਰ ਕਿਤੇ ਨਾ ਕਿਤੇ ਇਸ ਚੀਜ਼ ਨੂੰ ਲੈ ਕੇ ਜ਼ਰੂਰ ਸੱਟ ਲੱਗਦੀ ਹੈ ਸਮਝਿਆ ਜਾ ਸਕਦਾ ਕਿਉਂਕਿ ਇਹ ਬੜੀ ਵੱਡੀਆਂ ਉਮੀਦਾਂ ਹੁੰਦੀਆਂ ਨੇ ਪੂਰਾ ਦੇਸ਼ ਤੁਹਾਨੂੰ ਦੇਖ ਰਿਹਾ ਹੁੰਦਾ ਤਾਂ ਮੋਨਿਕਾ ਦੇ ਪਰਿਵਾਰ ਦੇ ਹੀ ਤੁਹਾਨੂੰ ਐਕਸਪ੍ਰੈਸ਼ਨ ਦਿਖਾ ਦੇਣ ਉਹਨਾਂ ਦੇ ਪਿਤਾ ਬੈਠੇ ਨੇ ਗੱਲ ਕਰਨ ਦੀ ਜੇ ਕਹੀਏ ਕਿ ਹਾਲਤ ਦੇ ਵਿੱਚ ਨਹੀਂ ਹੈਗੇ ਪਰ ਕਿਹਾ ਜਾ ਸਕਦਾ ਜਿਵੇਂ ਉਹਨਾਂ ਦੇ ਬ੍ਰਦਰ ਨੇ ਕਿਹਾ ਕਿ ਹਾਕੀ ਜਿੱਤੀ ਹੈ ਇਹੀ ਬਹੁਤ ਵੱਡਾ ਆਪਣੇ ਆਪ ਦੇ ਵਿੱਚ ਕਿਤੇ ਨਾ ਕਿਤੇ ਮੌਕਾ ਹੁੰਦਾ ਹੈਗਾ ਜੇ ਗੱਲ ਕੀਤੀ ਜਾਵੇ ਮੋਨਿਕਾ ਦੇ ਨਾਲ ਜੁੜਿਆਂ ਦੀ ਮੋਨਿਕਾ ਦੇ ਤੁਹਾਨੂੰ ਦੱਸ ਦਈਏ ਕਿ ਜਿਹੜਾ ਪੁਰਾਣਾ ਵੀ ਉਹਨਾਂ ਦਾ ਕਰੀਏ ਕਿ ਕੁਛ ਉਪਲਬਧੀਆਂ ਜਿਹਨਾਂ ਦੇ ਦੇਖ ਲਈਏ ਤਾਂ 2012 ਦੇ ਵਿੱਚ ਵੀ ਜਿਹੜਾ ਬੈਂਕੋਂਗ 'ਚ 6ਵਾਂ ਜੂਨੀਅਰ ਏਸ਼ੀਆ ਕੱਪ ਹੋਇਆ ਸੀ ਉਹ 'ਚ ਵੀ ਉਹਨੇ ਰਜਤ ਪਦਕ ਜਿੱਤਿਆ ਸੀ ਫਿਰ 2013 ਦੇ ਵਿੱਚ ਜਰਮਨੀ ਦੇ ਵਿੱਚ ਜੂਨੀਅਰ ਵਿਸ਼ਵ ਕੱਪ ਹੋਇਆ ਉਹ 'ਚ ਉਹਨੇ ਕਾਂਸਾ ਪਦਕ ਜਿਹੜਾ ਜਿੱਤਿਆ ਅਤੇ ਉਹੀ ਸਾਲ ਜਦੋਂ ਏਸ਼ੀਅਨ ਚੈਂਪੀਅਨਸ਼ਿਪ ਟਰਾਫੀ ਹੁੰਦੀ ਹੈ ਫਿਰ ਰਜਤ ਪਦਕ ਉਹ ਜਿੱਤਦੀ ਹੈ 2014 'ਚ ਜਿਹੜਾ ਭੋਪਾਲ 'ਚ MP ਦੇ ਵਿੱਚ ਚੌਥਾ ਸੀਨੀਅਰ ਨੈਸ਼ਨਲ ਗੇਮਜ਼ ਹੁੰਦੀਆਂ ਨੇਗੀਆਂ ਉਹ 'ਚ ਫਿਰ ਰਜਤ ਪਦਕ ਜਿੱਤਦੀ ਹੈ ਇੱਕ ਵੱਡੀ ਫੈਰਲਿਸਟ ਹੈਗੀ ਜਿਹੜੀ ਮੋਨਿਕਾ ਦੇ ਨਾਮ ਮੋਨਿਕਾ ਮਲਿਕ ਦੇ ਨਾਮ 'ਤੇ ਅੱਜ ਪੂਰਾ ਮੀਡੀਆ ਵੀ ਕਿਤੇ ਨਾ ਕਿਤੇ ਇਸ ਇਹਨਾਂ ਮੂਵਮੈਂਟ ਨੂੰ ਕਵਰ ਕਰਨ ਵਾਸਤੇ ਪਹੁੰਚਿਆ ਸੀ ਕਿਉਂਕਿ ਹਰ ਕਿਸੇ ਨੂੰ ਉਮੀਦਾਂ ਸੀ ਕਿ ਵੀ ਜਿੱਤਣਗੀਆਂ ਪਰ ਪੂਰੀ ਕੋਸ਼ਿਸ਼ ਦੇ ਬਾਵਜੂਦ ਜੇ ਕਿਹਾ ਜਾਵੇ ਜਿੱਤ ਬੇਸ਼ੱਕ ਨਹੀਂ ਪਾਈਆਂ ਜਿੱਤ ਦਾ ਝੰਡਾ ਨਹੀਂ ਲਹਿਰਾ ਪਾਈਆਂ ਪਰ ਫਿਰ ਵੀ ਇੱਕ ਜੇ ਕਿਹਾ ਜਾਵੇ ਕਿ ਉਮੀਦ ਅਤੇ ਇੱਕ ਜੇ ਸ਼ੁਰੂਆਤ ਚੰਗੀ ਹੁੰਦੀ ਹੈ ਤਾਂ ਉਹ ਵੀ ਬਹੁਤ ਵੱਡੀ ਹੁੰਦੀ ਆ ਅਤੇ ਉਹੀ ਵੱਡੀ ਇੱਕ ਕਹਿ ਸਕਦੇ ਹਾਂਗੇ ਕਿ
ਸ਼ੁਰੂਆਤ ਦੇਖਣ ਨੂੰ ਮਿਲੀ ਹੈ ਕਿ ਲੋਕਾਂ ਦਾ ਇੰਟਰਸਟ ਹਾਕੀ ਕਰਨੀ ਵਧਿਆ, ਹੋਰ ਬੱਚੇ ਨੇ ਜਿਹੜੇ ਦੇਖ ਕੇ ਉਹ ਅੱਗੇ ਨੂੰ ਹਾਕੀ ਕਰਨੀ ਨੂੰ ਵਧਣਗੇ, ਕਿਉਂਕਿ ਕੱਲ੍ਹ ਜਿਵੇਂ ਮਹਿਲਾ ਕੋਚ ਨਾਲ ਵੀ ਅਸੀਂ ਗੱਲ ਕਰੀ ਸੀ ਤਾਂ ਮਹਿਲਾ ਕੋਚ ਦਾ ਵੀ ਇਹੀ ਗੱਲ ਕਹਿਣੀ ਸੀਗੀ ਕਿ ਕਿਤੇ ਨਾ ਕਿਤੇ ਬਹੁਤ ਕੁੜੀਆਂ ਵਾਸਤੇ ਇਹ ਰਾਹ ਬੜਾ ਕਠਿਨ ਹੁੰਦਾ, ਔਖਾ ਹੁੰਦਾ, ਪਰ ਤੁਸੀਂ ਦੇਖੋ ਉਹਨਾਂ ਦੇ ਪਰਿਵਾਰ ਦੀ ਸਥਿਤੀ ਤੁਸੀਂ ਦੇਖੋ ਕਿ ਉਹ ਮੈਚ ਤੱਕ ਨਹੀਂ ਸੀਗੇ ਦੇਖ ਪਾ ਰਹੇ, ਕਿਉਂਕਿ ਉਹਨਾਂ ਦੇ ਉੱਤੇ ਜਿਵੇਂ ਪ੍ਰੈਸ਼ਰ ਪਰਿਵਾਰ ਦੇ ਉੱਤੇ ਪੂਰਾ ਬਣਿਆ ਹੁੰਦਾ ਉਹੀ ਪ੍ਰੈਸ਼ਰ ਦੇਖਣ ਨੂੰ ਮਿਲ ਰਿਹਾ ਸੀਗਾ ਲਗਾਤਾਰ, ਕਿਉਂਕਿ ਪੂਰੇ ਦੇਸ਼ ਦੀ ਜਦੋਂ ਨਿਗਾਹਾਂ ਤੁਹਾਡੇ ਜੇ ਕਹੀਏ ਟੀਮ ਕਰਨੀ ਹੁੰਦੀ ਹੈ, ਤੁਹਾਡੇ ਬੱਚੇ ਕਰਨੀ ਹੁੰਦੀ ਹੈ, ਤਾਂ ਕਿਤੇ ਨਾ ਕਿਤੇ ਇਸ ਚੀਜ਼ ਨੂੰ ਦੇਖਿਆ ਜਾ ਸਕਦਾ ਵੀ ਕਿਵੇਂ ਜਿਹੜਾ ਕਿ ਕਿਤੇ ਨਾ ਕਿਤੇ ਪ੍ਰੈਸ਼ਰ ਬਿਲਡ ਹੋ ਜਾਂਦਾ ਹੈਗਾ। ਇਹ ਉਹਨਾਂ ਦੇ ਪਰਿਵਾਰ ਨੇ ਜਿਹੜੇ ਉਹ ਬੈਠੇ ਨੇ, ਉਹਨਾਂ ਦੇ ਫਾਦਰ ਨੇ ਗੇ, ਕਿਉਂਕਿ ਬਾਕੀ ਜੇ ਪਰਿਵਾਰ ਦੀ ਗੱਲ ਕੀਤੀ ਜਾਵੇ ਤਾਂ ਉਹ ਜਿਹੜਾ ਕਿ ਮੱਥਾ ਟੇਕਣ ਵਾਸਤੇ ਗਏ ਹੋਏ ਸੀਗੇ, ਇੱਕ ਤਿੰਨ ਬ੍ਰਦਰ ਨੇ ਗੇ ਮੋਨਿਕਾ ਦੇ, ਉਹਨਾਂ ਦੀ ਮਦਰ ਨੇ, ਮਦਰ ਅਤੇ ਜਿਹੜੇ ਦੋ ਬ੍ਰਦਰ ਨੇ ਗੇ ਉਹ ਮੱਥਾ ਟੇਕਣ ਵਾਸਤੇ ਗਏ ਹੋਏ ਨੇ, ਹਾਲਾਂਕਿ ਉਹਨਾਂ ਦੇ ਬ੍ਰਦਰ ਅਤੇ ਉਹਨਾਂ ਦੇ ਪਿਤਾ ਹੀ ਘਰ ਦੇ ਵਿੱਚ ਮੌਜੂਦ ਨੇ ਗੇ। ਕਿਹਾ ਜਾ ਸਕਦਾ ਮੋਨਿਕਾ ਦੇ ਜੇ ਸਫ਼ਰ ਦੀ ਗੱਲ ਕਰਦੇ ਹਾਂ ਤਾਂ ਤੁਸੀਂ ਜਿਵੇਂ ਫੈਰਿਸ ਤੁਹਾਨੂੰ ਇੱਕ ਪੂਰੀ ਗਿਣਾਈ ਅਸੀਂ, ਕਿਉਂਕਿ ਸੋਨੀਪੁੱਤ ਜ਼ਿਲ੍ਹੇ ਦੇ ਗੁਆਣਾ ਖੰਡ ਕੋਈ ਜਿਹੜਾ ਪਿੰਡ ਹੈਗਾ ਉੱਥੋਂ ਦੀ ਜਿਹੜੀਆਂ ਮੂਲ ਨਿਵਾਸੀ ਹੈ, ਅਤੇ ਉਦੋਂ ਬਾਅਦ ਜਿਹੜੀ ਉਹਦੀ ਪੜ੍ਹਾਈ ਹੈ ਉਦੋਂ ਉਸੇ ਦੇ ਦੌਰਾਨ ਕਿਤੇ ਨਾ ਕਿਤੇ ਪਿਤਾ ਚਾਹੁੰਦੇ ਸੀ ਵੀ ਕੁਸ਼ਤੀ ਵਿੱਚ ਜਾਵੇ, ਪਰ ਸ਼ੁਰੂਆਤ ਜਦੋਂ ਹੋਕੀ ਦੇ ਵਿੱਚ ਹੁੰਦੀ ਹੈ ਤਾਂ ਉਦੋਂ ਬਾਅਦ ਵੀ ਪਰਿਵਾਰ ਦੇ ਵੱਲੋਂ ਪੂਰਾ ਸਪੋਰਟ ਕੀਤਾ ਜਾਂਦਾ ਹੈ। ਕਹਿ ਜਾ ਸਕਦਾ ਕਿ ਰੀਓ ਓਲੰਪਿਕ ਦੇ ਵਿੱਚ ਵੀ ਜਿਹੜਾ ਉਹ ਪਾਰਟੀਸਪੇਟ ਕਰਦੀ ਹੈ, ਹਾਲਾਂਕਿ ਕਹਿ ਸਕਦੇ ਹਾਂ ਕਿ ਇਸ ਇੱਕ ਪੂਰਾ ਤੁਹਾਨੂੰ ਮੰਜ਼ਰ ਦਿਖਾ ਦਿੰਦੇ ਹਾਂ ਪੂਰਾ ਕਿ ਮੀਡੀਆ ਜਿਹੜਾ ਅੱਜ ਕਵਰ ਕਰਨ ਵਾਸਤੇ ਪਹੁੰਚਿਆ ਹੋਇਆ ਸੀਗਾ, ਇਹ ਤਸਵੀਰਾਂ ਸਾਂਝੀਆਂ ਕਰਨਾ ਦੇਸ਼ ਦੇ ਬਾਰੇ ਨਾਲ ਹੀ, ਪਰ ਬੇਸ਼ੱਕ ਜੇ ਕਹੀਏ ਕਿ ਜਿੱਤ ਨਹੀਂ ਹੋਈ ਪਰ ਹੌਸਲੇ ਅਤੇ ਜਿਹੜੀ ਕਿਤੇ ਨਾ ਕਿਤੇ ਅੱਗੇ ਨੂੰ ਕੁੜੀਆਂ ਦੇ ਖੇਡ ਦੇ ਵੱਲ ਵੱਧਦੇ ਹੋਏ ਜਿਹੜੇ ਜੇ ਕਹੀਏ ਰਸਤੇ ਨੇ ਖੁੱਲ੍ਹੇ ਨੇ ਉਹ ਆਪਣੇ ਆਪ ਦੇ ਵਿੱਚ ਬੜੇ ਮਾਇਨੇ ਹੁੰਦੇ ਨੇ, ਕਿਉਂਕਿ ਪ੍ਰਗਟ ਸਿੰਘ ਹੋਰਾਂ ਦੀ ਵਾਰੀ ਵਾਰੀ ਗੱਲ ਯਾਦ ਇਸ ਲਈ ਆਉਂਦੀ ਹੈ ਇਹ ਕਿ ਕੁੜੀਆਂ ਵਾਸਤੇ ਜਿਵੇਂ ਔਖਾ ਹੁੰਦਾ ਕਦੇ, ਕਿਉਂਕਿ ਜਦੋਂ ਸ਼ੁਰੂਆਤ ਹੁੰਦੀ ਹੈ ਉਹ ਸ਼ੁਰੂਆਤੀ ਦਿਨਾਂ ਦੇ ਵਿੱਚ ਕੋਈ ਇਨਫਰਾਸਟ੍ਰਕਚਰ ਨਹੀਂ ਹੁੰਦਾ, ਕੋਈ ਉਹਨਾਂ ਨੂੰ ਉਵੇਂ ਪੁੱਛਦਾ ਨਹੀਂ ਹੁੰਦਾ, ਪਰ ਜਦੋਂ ਉਹ ਆਪਦੀ ਜ਼ਿੱਦ ਨੂੰ ਲੈ ਕੇ ਅੱਗੇ ਵੱਧਦੀਆਂ ਨੇਗੀਆਂ ਤਾਂ ਅੱਜ ਮੁਕਾਮ ਇਹ ਹੋ ਜਾਂਦੇ ਨੇ ਕਿ ਅਸੀਂ ਉਮੀਦਾਂ ਉਹਨਾਂ ਤੋਂ ਲਾਉਂਦੇ ਹਾਂ ਅਤੇ ਉਹ ਉਮੀਦਾਂ ਹੁਣ ਅੱਗੇ ਨੂੰ ਹੋਰ ਅੱਗੇ ਵਧੀਆ ਤਰੀਕੇ ਦੇ ਨਾਲ ਕਿਤੇ ਨਾ ਕਿਤੇ ਖਿਡਾਰਨਾਂ ਖੇਡਣਗੀਆਂ, ਹੋਰ ਖਿਡਾਰਨਾਂ ਤਿਆਰ ਹੋਣਗੀਆਂ, ਇਹ ਕਹਿ ਸਕਦੇ ਹਾਂਗੇ ਕਿ ਅੱਜ ਦੀ ਇੱਕ ਵੱਡੀ ਜਿੱਤ ਜ਼ਰੂਰ ਦੇਖੀ ਜਾ ਸਕਦੀ ਹੈ। ਵੀਡੀਓ ਜਰਨਲਿਸਟ ਵਿਕਾਸ ਦੇ ਨਾਲ ਸੁਮੀਤ ਸਿੰਘ, ਡੇਲੀ ਪੋਸਟ ਪੰਜਾਬੀ, ਚੰਡੀਗੜ੍ਹ।